से पहले भी सेवा की है तो हम भी सेवा करनी है। और हम पंजाब के लोगों ने भी फैसला कर लिया कि सेवा देनी नहीं इन्होंने। इस करके हम तुसी जनता का मन नहीं चेंज कर सकते। विश्वास घात एक बार हो सकता, धोखा एक बार हो सकता, झूठी सहूं खा के एक बार कोई तुहाडे भरोसा कर सकता। अगली बार नूं हुण लोकी चकन्ने हो गए, हुण तुसी लोगों को फेस करने वास्ते तैयार। भुलेखे ना भुलेखे ना उतर गया, उन्होंने लगा भी खरे ये मेरा, मैं कोई दिहाड़ी दुड़ी इतों कट्ठी करनी, उदो उधर चले गया। वो बंदा खाधी पीती चले जाता, तुम्हें पता ना है किदा है, उन्होंने पता नहीं होंगे की गल करनी की नहीं करनी। वो चले गया भुलेखे जो यही खरे, मैं पिछला लैंड जो जाता रे महीने सारा, सारे पंजाब नूं पता 10 साल इन्हें रेता चलाई है। उत्थे जाके उन्होंने पता लगा खड्ड दे मंजूर है, फिर उन्होंने गल नहीं सी आउंदी। जदों सुखबीर बादल की सरकार सी, सिर्फ 35 करोड़ रुपया सरकार के खजाने जाता सी। हाँ जी, कितना जाता? 400 करोड़ रुपया। सर ये चुनावी स्टंट है या हमदर्दी है सुखबीर बादल की? नहीं, चुनावी स्टंट है। और मैं ये सुखबीर बादल को यह कहनी चाहना कि बादल साहब जो तुम सहयोग से ਜਿੱਦਾਂ ਤੁਹਾਡੀ ਵਾਈਫ ਬੀਬਾ ਹਰਸਿਮਰ ਕੈਬਨਿਟ ਚ ਬੈਠੀ ਸੀ, ਇੱਕ ਕਿਸਾਨਾਂ ਦੇ 3 ਕਾਲੇ ਕਾਨੂੰਨ ਆਏ ਸੀ, ਤੈਨੂੰ ਦੁਸਤ ਕਰਨ ਦੀ ਜ਼ਰੂਰਤ ਨਹੀਂ, ਪੈਸੇ ਦੇ ਲੋਕ ਦਿੰਦੇ ਸਰ। ਇੱਕ ਦੱਸੋ ਜੀ, ਇਹ ਹੋ ਨਹੀਂ ਰਹੀ ਮੈਨੇਜਰ? ਹਾਂਜੀ, ਮੈਨੇਜਰ ਹੋ ਨਹੀਂ ਰਹੀ ਤੁਸੀਂ ਮੰਨਦੇ? ਨਹੀਂ ਨਹੀਂ, ਮੈਨੇਜਰ ਨਾ ਮੈਨੇਜ ਨਹੀਂ ਹੋ ਰਹੀ, ਮੈਨੇਜ ਹੋ ਰਹੀ ਆ ਕਹਿੰਦਾ ਰੈਗੂਲੇਟਰ ਜਿਹੜਾ ਅੱਜ ਜਿੱਦੇ ਕੱਲ ਗਿਆ ਸੀ ਉਹ ਅੱਜ ਸੁਣੋ, ਅੱਜ ਅਖਬਾਰ ਦੇ ਟ੍ਰਿਬਿਊਨ ਦੇ ਛਪਿਓ ਆ ਰਹੀ ਅਨੋਰਡਰ ਦੀ ਜਿਹੜੀ ਸਰ ਤੱਕਾ ਉੱਥੇ ਨਹੀਂ ਜਗ੍ਹਾ, 3-4 ਜਗ੍ਹਾ। ਮੈਂ ਕਹਿੰਦਾ ਜਿੱਥੇ ਵੀ ਹੋਵੇ ਜੀ, ਜਿੰਨਾ ਰੈਵਨਿਊ ਜਨਰੇਟ ਸਾਡੀ ਸਰਕਾਰ ਨੇ ਕੀਤਾ ਹੈ ਉਦੋਂ, ਪਰ ਉਹ ਨਾ ਇਲੀਗਲ ਕਰੂਗਾ, ਇਲੀਗਲ ਕਰੇਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਔਰ ਕਰਦੇ ਹਾਂ। ਸਰ ਮਾਰਚ ਮਹੀਨੇ ਤੱਕ ਸਰ ਮਾਈਨਿੰਗ ਬੈਨ ਸੀ, ਤੇ ਫਿਰ ਜਿੰਨੀ ਕੰਸਟਰਕਸ਼ਨ ਹੋਈ ਹੈ ਕੀ ਉਹ ਫਿਰ ਆਟੇ ਨਾਲ ਤਾਂ ਨਹੀਂ ਹੋਈ? ਨਹੀਂ, ਸੁਣੋ ਮੇਰੀ ਗੱਲ, ਉਹਦੇ ਖਿਲਾਫ ਕੀ ਕਾਰਵਾਈ ਕੀਤੀ ਸਰਕਾਰ ਨੇ? ਕੰਸਟਰਕਸ਼ਨ ਵੀ ਬੰਦ ਸੀਗੀ, ਸੁਣੋ ਮੇਰੀ ਗੱਲ, ਜਦੋਂ ਮਾਈਨਿੰਗ ਤੋਂ ਬਾਅਦ ਉਹ ਕੰਸਟਰਕਸ਼ਨ ਵੀ ਬੰਦ ਸੀ ਆਲਮੋਸਟ, ਲੇਕਿਨ ਜਦੋਂ ਅਲਾਉ ਕੀਤਾ ਪਾਲਿਸੀ ਬਣੀ ਆ, ਨਵੀਂ ਪਾਲਿਸੀ ਦਾ ਸਾਰਾ ਕੰਮ ਚੱਲਦਾ। ਦੇਖੋ ਇਹ ਤਾਂ ਉਹ ਗੱਲ ਹੈ ਵੀ ਜਿਹੜਾ ISI ਵਾਲੇ ਸ਼ਾਂਤੀ ਨੂੰ ਲੈ ਕੇ ਜਿਹੜਾ ਉਹ ਕੈਂਡਲ ਮਾਰਚ ਕਰਨ, ਜਿਹੜੇ ਬੰਦੇ ਨੇ ਪੰਜਾਬ 'ਚ ਰੇਤ ਮਾਫੀਏ ਦੀ ਸ਼ੁਰੂਆਤ ਕੀਤੀ, ਜਿਹੜੀ ਪਾਰਟੀ ਨੇ ਜਿਹਨੇ ਰੱਜ ਕੇ ਪੰਜਾਬ 'ਚ ਰੇਤ ਮਾਫੀਆ ਚਲਾਇਆ, ਰੱਜ ਕੇ ਪੰਜਾਬ ਨੂੰ ਲੁੱਟਿਆ, ਸਰਦਾ ਸਾਰਾ ਪੈਸਾ ਆਪਣੇ ਘਰਾਂ 'ਚ ਲੈ ਗਏ, ਅੱਜ ਉਹ ਰੇਤੇ 'ਤੇ ਜਿਹੜੀ ਹੈ ਉਹ ਡਰਾਮੇਬਾਜ਼ੀ ਕਰਨ, ਸੋ ਸਾਰੇ ਪੰਜਾਬ ਦੇ ਲੋਕ ਜਾਣਦੇ ਆ। ਹਜੇ ਕਿ ਸੁਧਾਰ ਹਜੇ ਵੀ ਨਹੀਂ ਹੋਇਆ, ਹਜੇ ਵੀ ਮਾਫੀਆ ਚੱਲ ਰਿਹਾ, ਕਿਉਂਕਿ ਸੁਖਬੀਰ ਬਾਦਲ ਸਾਹਿਬ ਨੂੰ ਪਤਾ ਵੀ ਅਸੀਂ ਕਿੱਥੋਂ ਕਿੱਥੋਂ ਮਾਈਨਿੰਗ ਕਰਦੇ ਰਹੇ ਹਾਂ, ਕਿੱਥੋਂ ਕਿੱਥੋਂ ਜਿਹੜੀ ਹੈ ਨਜਾਇਜ਼ ਹੁੰਦੀ ਹੈ, ਕਿੱਥੋਂ ਕਿੱਥੋਂ ਦੀ ਅਸੀਂ ਟੇਪਰ ਕੱਢਦੇ ਰਹੇ ਹਾਂ, ਇਸੇ ਕਰਕੇ ਨਕਸ਼ਿਆਂ ਦਾ ਪਤਾ ਜਾਇਆ ਹੈ। ਪਰ ਸਾਰੇ ਪੰਜਾਬ ਦੇ ਲੋਕ ਜਾਣਦੇ ਆ, ਅੱਜ ਰੇਤ ਮਾਫੀ ਦੀ ਗੱਲ ਕਰਨ, ਸ਼ਰਾਬ ਮਾਫੀ ਦੀ ਗੱਲ ਕਰਨ, ਲੋਕਾਂ ਲਈ ਬੜੀ ਹਾਸੋਹੀਣੀ ਗੱਲ ਹੈ।